ਵਿਧਾਨਸਭਾ ਹਲਕਾ ਨਕੋਦਰ ਤੋਂ ਵਿਧਾਇਕ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰਨ ਤੋਂ ਬਾਅਦ ਨੂਰ ਮਹਿਲ ਵਿਧਾਨਸਭਾ ਹਲਕਾ ਤੋਂ ਦੋ ਵਾਰ ਵਿਧਾਇਕ ਰਹੇ ਗੁਰਦੀਪ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਸਾਬਕਾ ਵਿਧਾਇਕ ਪਤਨੀ ਬੀਬੀ ਰਾਜਵਿੰਦਰ ਕੌਰ ਭੁੱਲਰ, ਐਡਵੋਕੇਟ ਰਾਜ ਕਮਲ ਸਿੰਘ, ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਗਰਮੀ ਦਿਖਾਉਂਦਿਆਂ ਪਿੰਡ ਭੁੱਲਰ ਵਿੱਚ ਇੱਕ ਇਕੱਠ ਕੀਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਡਟ ਕੇ ਖੜਨ ਦਾ ਅਹਿਦ ਲਿਆ ਗਿਆ। ਪਿੰਡ ਭੁੱਲਰ ਵਿੱਚ ਪਹੁੰਚੇ ਸਮੂਹ ਪ੍ਰੈਸ ਭਾਈਚਾਰਾ, ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਸਾਹਿਬਾਨ, ਚੇਅਰਮੈਨ ਮਾਰਕੀਟ ਕਮੇਟੀ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਹਿਬਾਨ, ਨਗਰ ਕੌਂਸਲ ਨੂਰ ਮਹਿਲ ਦੇ ਸਾਬਕਾ ਪ੍ਰਧਾਨ ਸਾਹਿਬਾਨ, ਅਹੁਦੇਦਾਰ ਸਾਹਿਬਾਨ, ਸਾਰੇ ਰਲ ਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਅਹਿਮ ਕਾਨਫਰੰਸ, ਇਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੁੱਖ ਭਾਲਣ ਵਾਲੇ, ਜਿਹੜੀ ਸਾਡੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਦੀ ਸੁੱਖ ਭਾਲਣ ਵਾਲੇ ਆਗੂ ਨੇ, ਜਿਨ੍ਹਾਂ ਦਾ 50-50 ਸਾਲ, 70-70 ਸਾਲ ਪੁਰਾਣਾ ਪਰਿਵਾਰਕ ਪਿਛੋਕੜ ਆ, ਟਕਸਾਲੀ ਪਰਿਵਾਰ ਨੇ। ਇਹ ਹਮੇਸ਼ਾ ਹੀ ਪੰਥ ਦੀ, ਅਕਾਲੀ ਦਲ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਚੜ੍ਹਦੀ ਕਲਾ ਭਾਲਣ ਵਾਲੇ ਇਨਸਾਨ ਨੇ, ਆਗੂ ਨੇ। ਸੋ ਮੈਂ ਤਾਂ ਇਹ ਉਹ ਪਰਿਵਾਰ ਨੇ ਜਿਹੜੇ ਸਾਰੇ ਮੋਰਚਿਆਂ 'ਚ ਅਗਵਾਈ ਕੀਤੀ, ਜਿਨ੍ਹਾਂ ਦੇ ਬਜ਼ੁਰਗਾਂ ਨੇ ਕੀਤੀ, ਗਾਹ ਹੁਣ ਆਪ ਕਰ ਰਹੇ ਆ। ਚਾਹੇ ਧਰਮਯੁੱਧ ਮੋਰਚਾ ਹੋਵੇ, ਜੈਤੋਂ ਦਾ ਮੋਰਚਾ ਹੋਵੇ, ਚਾਬੀਆਂ ਦਾ ਮੋਰਚਾ ਹੋਵੇ, ਲਹਿਦਾ ਲਹਿਦਾ ਮੋਰਚਿਆਂ 'ਚ, ਸਾਰਿਆਂ 'ਚ ਇਹ ਆਗੂ ਸਾਹਿਬਾਨਾਂ ਨੇ, ਸਾਰਿਆਂ ਨੇ ਯੋਗਦਾਨ ਪਾਇਆ। ਇੱਕ ਇਹੋ ਜਿਹੀ ਪਾਰਟੀ ਆ ਜਿਹੜੀ ਕਿ 1920 'ਚ ਹੋਂਦ ਵਿੱਚ ਆਈ। ਹੋਂਦ ਵਿੱਚ ਕਿਉਂ ਆਈ? ਕਿਉਂਕਿ ਗੁਰਦੁਆਰੇ ਆਪਣੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ। ਜਦੋਂ ਕਬਜ਼ਾ ਛਡਵਾਇਆ, ਉਦੋਂ ਬਾਅਦ ਆਪਣੇ ਬਜ਼ੁਰਗ ਲੈ ਕੇ ਹੁਣ ਤੱਕ ਸਾਰੇ ਸੰਘਰਸ਼ ਲੜਦੀ ਆ ਰਹੀ ਆ। ਉਵੇਂ ਹੀ ਸਾਡਾ ਪਰਿਵਾਰ, ਮੇਰੇ ਦਾਦਾ ਜੀ ਸਰਦਾਰ ਸੋਹਣ ਸਿੰਘ ਜੀ ਭੁੱਲਰ, 1982 'ਚ ਜਦੋਂ ਧਰਮਯੁੱਧ ਮੋਰਚਾ ਸੀ, ਉਸ ਦੌਰਾਨ ਉਦੋਂ ਪਹਿਲਾਂ ਵੀ ਜੇਲ੍ਹਾਂ ਕੱਟਦੇ ਸੀ ਅਤੇ ਉਦੋਂ ਵੀ ਸਰਕਲ ਪ੍ਰਧਾਨ ਹੁੰਦੇ ਸੀ ਨੂਰ ਮਹਿਲ ਦੇ, ਅਤੇ ਉਹ ਮੋਰਚੇ ਵਾਸਤੇ ਗਏ 1982 ਧਰਮਯੁੱਧ ਮੋਰਚੇ 'ਚ, ਜਿੱਥੇ ਜਦੋਂ ਉਹਨਾਂ ਨੂੰ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਲਿਜਾਇਆ ਜਾ ਰਿਹਾ ਸੀ, ਤਾਂ ਉੱਥੇ ਤਰਨ ਤਾਰਨ ਸਾਹਿਬ ਫਾਟਕਾਂ ਉੱਤੇ ਹਾਦਸਾ ਵਾਪਰਿਆ, ਜਿੱਥੇ ਉੱਥੇ 34 ਸਿੰਘ ਸ਼ਹੀਦ ਹੋਏ, ਜਿਨ੍ਹਾਂ ਵਿੱਚ ਸਾਡੇ ਸਤਿਕਾਰਯੋਗ ਦਾਦਾ ਜੀ ਸ਼ਹੀਦ ਸਰਦਾਰ ਸੋਹਣ ਸਿੰਘ ਭੁੱਲਰ ਜੀ। ਉਹ ਨਹੀਂ, ਆਮ ਤੌਰ 'ਤੇ ਕਹਿਣਾ ਮੇਰਾ ਦੱਸਣ ਦਾ ਮਤਲਬ ਇਹ ਆ ਕਿ ਅਕਾਲੀ ਦਲ ਡੋਲਣ ਵਾਲੀ ਪਾਰਟੀ ਨਹੀਂ, ਕਮਜ਼ੋਰਾਂ ਦੀ ਪਾਰਟੀ ਨਹੀਂ। 1982 'ਚ ਜਿਸ ਵਿਧਵਾ ਦਾ ਘਰ ਵਾਲਾ ਦੁਨੀਆਂ ਤੋਂ ਚਲੇ ਜਾਵੇ, ਅਤੇ ਉਹ ਕਦੇ ਵੀ ਆਪ ਕਹੂ ਨਹੀਂ ਕਿ ਮੇਰਾ ਬੱਚਾ ਵੀ ਜਾਵੇ ਉਹ ਲਈ 'ਤੇ, ਕਿਉਂਕਿ ਉਦੋਂ ਬਾਅਦ ਚਾਹੇ ਮਾਹੌਲ ਆਪਾਂ ਸਾਰਿਆਂ ਨੇ ਦੇਖਿਆ, 1980 ਤੋਂ 1992-93 ਤੱਕ ਮਾਹੌਲ ਬਹੁਤ ਗਰਮ ਮਾਹੌਲ ਸੀ ਪੰਜਾਬ 'ਚ। ਟਿਕਟਾਂ ਦਿੱਤੀਆਂ, 3 ਵਾਰ MLA ਰਹੇ, 2 ਵਾਰ ਮੇਰੇ ਪਿਤਾ ਸਰਦਾਰ ਗੁਰਦੀਪ ਸਿੰਘ ਭੁੱਲਰ ਜੀ MLA ਰਹੇ 97 'ਚ, 2007 'ਚ। ਉਹਨਾਂ ਦੀ ਡੈਥ ਤੋਂ ਬਾਅਦ
ਮੇਰੇ ਮਾਤਾ ਜੀ ਬੀਬੀ ਰਾਜਵਿੰਦਰ ਕੌਰ ਭੁੱਲਰ ਜੀ MLA ਬਣੇ। ਇਹ ਸਾਰੇ ਪਾਰਟੀਆਂ ਦੇ ਮਾਣ ਹੁੰਦੇ ਆ, ਜੇ ਆਪਾਂ ਪਾਰਟੀਆਂ 'ਚ ਮਿਹਨਤਾਂ ਕਰਦੇ ਹਾਂ ਤਾਂ ਇਹ ਮਾਣ ਮਿਲਦੇ ਆ। ਇਹ ਅਕਾਲੀ ਦਲ ਸਾਡੀ 104 ਸਾਲ ਪੁਰਾਣੀ ਪਾਰਟੀ ਆ, ਤਾਂ ਅਸੀਂ ਪ੍ਰਧਾਨ ਤੇ ਕਹਿਣ ਲੱਗ ਜਾਈਏ ਪ੍ਰਧਾਨ ਜੀ ਕੁਰਸੀ ਛੱਡ ਲਓ, ਤੁਸੀਂ BJP ਨਾਲ ਸਮਝੌਤਾ ਕਰ ਲਓ, ਹੁਣ BJP ਨਾਲ ਦੱਸੋ ਅਕਾਲੀ ਦਲ ਕਿਹੜੇ ਮੂੰਹ ਨਾਲ ਸਮਝੌਤਾ ਕਰੇ। ਆਪਣੇ ਕਿਸਾਨ ਵੀਰ 2021 ਦੇ ਵਿੱਚ ਆਪਾਂ ਉੱਥੇ ਬੈਠੇ ਸੀ ਸਾਰੇ, ਆਪਾਂ ਉਦੋਂ ਨਾਤਾ ਤੋੜਿਆ, ਹੁਣ ਅਸੀਂ ਕਿਹੜੇ ਮੂੰਹ ਨਾਲ ਉੱਥੇ ਬਣੀ ਦੁਆਰ 'ਚ ਅਲਾਇੰਸ ਕਰ ਲਈਏ। ਇਹ ਜਿਹੜੇ ਗਏ ਆ ਇਹਨਾਂ ਨੂੰ ਤਾਂ ਸੱਤਾ ਦੀ ਭੁੱਖ ਆ, ਬਿਨਾਂ ਸੱਤਾ ਤੋਂ ਨਹੀਂ ਰਹਿ ਸਕਦੇ। ਪਰ ਅਕਾਲੀ ਦਲ ਦੀ ਇਹ ਆਈਡਿਓਲੋਜੀ ਨਹੀਂ, ਅਕਾਲੀ ਦਲ ਦੀ ਆਈਡਿਓਲੋਜੀ ਵੱਖਰੀ ਆ। ਅਸੀਂ ਆਪਦੇ ਸਿਧਾਂਤਾਂ ਤੋਂ ਪਿੱਛੜ ਗਏ, ਜਿਹੜੇ ਬਾਗੀ ਹੋਏ ਆ ਉਹ ਆਪਦੇ ਸਿਧਾਂਤਾਂ ਤੋਂ, ਅਕਾਲੀ ਦਲ ਦੀ ਆਈਡਿਓਲੋਜੀ ਦਾ ਨਹੀਂ ਪਤਾ। ਅਸੀਂ ਰਾਜ ਕਰਨ ਵਾਸਤੇ ਨਹੀਂ ਆਏ, ਅਸੀਂ ਆਪਦੇ ਹੱਕ ਲੈਣ ਲਈ, ਹੱਕ ਆਪਣੇ ਪੰਜਾਬ ਦੇ ਹੱਕ ਲੈਣ ਲਈ, ਆਪਣੇ ਕੌਮ ਨੂੰ ਬਚਾਉਣ ਲਈ। ਇਹ ਉਹ ਅਕਾਲੀ ਦਲ ਦੀ ਆਈਡਿਓਲੋਜੀ ਆ। ਜੇ ਯਾਰ 7-8 ਸਾਲ ਸਰਕਾਰ ਨਹੀਂ ਆਈ ਤਾਂ ਅਸੀਂ ਬਾਗੀ ਹੋ ਜਾਈਏ, ਪ੍ਰਧਾਨ ਨੂੰ ਕਹੀਏ ਪ੍ਰਧਾਨ ਅਸਤੀਫਾ ਦੇ ਤੂੰ। ਪ੍ਰਧਾਨ ਕਿਵੇਂ ਅਸਤੀਫਾ ਦੇ ਦੇਵੇ? ਕਿਸੇ ਹੋਰ ਨੂੰ ਬਣਾ ਦਿਓ ਕਿ ਉਹ BJP ਨਾਲ ਅਲਾਇੰਸ ਕਰ ਲਵੇ, BJP ਨਾਲ ਅਲਾਇੰਸ ਕਰਕੇ। ਅਤੇ ਸਾਡਾ ਜੇ ਅੱਜ BJP ਨਾਲ ਅਲਾਇੰਸ ਕੀਤਾ ਹੁੰਦਾ ਤਾਂ ਘੱਟੋ ਘੱਟ ਪੰਜਾਬ 'ਚ 7-8 ਸੀਟਾਂ ਆਉਣੀਆਂ ਸੀਗੀਆਂ। ਹੁਣ ਅਕਾਲੀ ਦਲ ਨੂੰ ਤਾਂ ਪਹਿਲਾਂ ਦੇ ਆਧਾਰ 'ਤੇ ਆਪਦੇ ਕਿਸਾਨ ਆ, ਆਪਦੀ ਕੌਮ ਆ। ਜਦੋਂ ਉਹਨਾਂ ਹੁਣ ਵਿੱਚ ਕਹਿੰਦੇ ਆ ਕਿ BJP ਨਾਲ ਗੱਲ ਚੱਲਦੀ ਸੀ, ਵਾਕਈ ਚੱਲਦੀ ਸੀ, ਉਸ ਵਿੱਚ ਸ਼ਰਤਾਂ ਇਹ ਸੀ ਕਿ ਸਾਡੇ ਕਿਸਾਨਾਂ ਦੇ ਮਸਲੇ ਹੱਲ ਕਰਾਓ, ਸਾਡੇ ਜਿਹੜੇ ਬੰਦੀ ਸਿੰਘ ਅੰਦਰ ਬੈਠੇ ਆ ਉਹ ਮਸਲੇ ਹੱਲ ਕਰਾਓ, ਸਾਡੇ ਬੰਦੀ ਸਿੰਘਾਂ ਨੂੰ ਰਿਹਾਈ ਦਵੋ। ਜਦੋਂ ਉੱਪਰੋਂ ਕਹਿੰਦੇ ਕਿ ਇਹ ਨਹੀਂ ਗੱਲ ਮੰਨੀ ਜਾਣੀ ਜੀ, ਫਿਰ ਸੁਖਬੀਰ ਸਿੰਘ ਬਾਦਲ ਕਹਿ ਕੇ ਆ ਗਏ ਜੀ ਫਿਰ ਸਾਡੇ ਤੋਂ ਵੀ ਤੁਹਾਡੇ ਨਾਲ ਅਲਾਇੰਸ ਨਹੀਂ ਹੋਣਾ ਜੀ। ਅਤੇ ਜਦੋਂ ਇਹ ਗੱਲ ਆ ਕੇ ਬਾਹਰ ਆਏ ਤਾਂ ਸਾਰੇ ਬਾਗੀ ਹੋ ਗਏ, ਤੁਸੀਂ ਜੀ ਅਲਾਇੰਸ ਕਿਉਂ ਨਹੀਂ ਕਰਕੇ ਆਏ? ਕਿ ਅਸੀਂ ਤਾਂ ਹਰ ਜਾਣਾ, ਸਾਨੂੰ ਤਾਂ 1.5 ਲੱਖ ਵੋਟਾਂ ਅਨੰਦਪੁਰ ਸਾਹਿਬ ਤੋਂ ਘੱਟ ਜਾਣੀਆਂ, ਸਾਨੂੰ ਉੱਥੋਂ ਘੱਟ ਜਾਣੀਆਂ। ਗੱਲ ਤਾਂ ਸੱਤਾ ਦੀ ਆ ਗਈ, ਇਹ ਆਈਡਿਓਲੋਜੀ ਪਤਾ ਨਹੀਂ ਕਿਉਂ ਖਤਮ ਹੋਈ ਜਾ ਰਹੀ ਆ। ਮੈਂ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਵੀ ਕਹਿੰਦਾ ਕਿ ਬਾਕੀ ਪਾਰਟੀਆਂ ਦੇ ਆਪਾਂ ਮਗਰ ਨਾ ਲੱਗੀਏ, ਆਪਣੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਆ, ਇਹੀ ਪਾਰਟੀ ਆ, ਇਹੀ ਆਪਣਾ ਭਲਾ ਕਰ ਸਕਦੀ ਆ। ਇਹ ਕੋਈ ਨਹੀਂ ਬੰਦਾ ਹੋਣਾ ਜਿਹਦਾ ਕੋਈ ਨਾ ਕੋਈ ਇਸ ਪਾਰਟੀ ਵਿੱਚ ਯੋਗਦਾਨ ਨਾ ਹੋਵੇ, ਚਾਹੇ ਉਹਦੇ ਬਜ਼ੁਰਗ ਹੋਣ, ਜਾਂ ਉਹਨਾਂ ਦੇ ਰਿਸ਼ਤੇਦਾਰ ਹੋਣ, ਚਾਹੇ ਉਹਨਾਂ ਦੇ ਸਾਕ ਸੰਬੰਧੀ ਹੋਣ। ਹਰ ਕੋਈ ਬੰਦੇ ਨੇ ਚਾਹੇ ਇੱਕ ਦਿਨ ਜੇਲ੍ਹ ਕੱਢੀ ਆ, ਚਾਹੇ ਸਾਲਾਂ ਬੰਦੀ ਜੇਲ੍ਹ ਕੱਟੀ ਆ, ਉਹਨਾਂ ਨੇ ਅਕਾਲੀ ਦਲ ਨੂੰ ਉੱਪਰ ਚੱਕਣ ਦੇ ਲਈ ਇਹ ਕੀਤਾ। ਪਰ ਹੁਣ ਐਂ ਨਹੀਂ ਕਿਹਾ ਕਿ ਹੁਣ ਜੇ ਮਾੜਾ ਸਮਾਂ ਆ ਗਿਆ ਤਾਂ ਪਾਰਟੀ ਦੀ ਪਿੱਠ 'ਚ ਛੁਰਾ ਮਾਰੋ। ਹੁਣ ਆਪਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦੇ ਹਾਂ। ਸੁਖਬੀਰ ਸਿੰਘ ਬਾਦਲ ਦਾ ਕਿਤੇ ਸੰਘਰਸ਼ ਥੋੜ੍ਹਾ ਜੀ, ਜਿਹਦਾ ਪਿਤਾ 17 ਸਾਲ ਜੇਲ੍ਹ ਕੱਟੀ ਹੋਵੇ, ਆਪਣੇ ਵੀ ਬੱਚੇ ਹੈਗੇ ਆ। ਆਪਾਂ ਜੇ ਸ਼ਾਮ ਨੂੰ ਘਰੇ ਨਾ ਪਹੁੰਚੀਏ ਤਾਂ 8-9 ਵਜੇ ਦਿਨ ਫੋਨ ਆਉਣ ਲੱਗ ਜਾਂਦੇ, ਪਾਪਾ ਕਿੱਥੇ ਹੋ? ਜਿਹਦੇ ਬੱਚਾ 17 ਸਾਲ ਆਪਦਾ 17 ਸਾਲ ਆਪਦੇ ਪਿਓ ਤੋਂ ਦੂਰੀ ਰੱਖੀ ਹੋਵੇ, ਆਪਦੀ ਭੈਣ ਦੇ ਵਿਆਹ 'ਤੇ ਉਹਦਾ ਪਿਤਾ ਨਾ ਪਹੁੰਚੇ, ਇਹ ਛੋਟੀਆਂ ਗੱਲਾਂ ਨਹੀਂ। ਆਪਾਂ ਆਪਦੇ ਪਰਿਵਾਰ ਦੇ ਉੱਤੇ ਲਾ ਕੇ ਦੇਖੀਏ ਕਿੱਡੀਆਂ ਵੱਡੀਆਂ ਗੱਲਾਂ ਨੇ। ਆਪਾਂ ਕਹਿ ਦਿੰਦੇ ਹਾਂ ਕਿ ਟਰੋਲ ਚੱਲਿਆ, ਹਕੀਕਤ ਦੇਖਦੇ ਹੀ ਨਹੀਂ ਅਸੀਂ ਕੀ ਉਹਦੀ ਬੈਕਗਰਾਊਂਡ ਆ, ਕੀ ਉਹਨਾਂ ਦੇ ਸਟੈਂਡ ਆ। ਜਦੋਂ ਚੌਧਰੀ ਦੇਵੀ ਲਾਲ ਜੀ ਇਲੈਕਸ਼ਨ ਲੜਿਆ ਕਰ, ਪੈਸੇ ਬਣਾਉਂਦੇ ਆ, ਉਹ ਬਣਦੇ ਆ, ਬਿਲਕੁਲ ਗਲਤ ਗੱਲਾਂ ਨੇ। ਜਿਹਦਾ ਪਿਛੋਕੜ ਐਡਾ ਵੱਡਾ ਹੋਵੇ, ਜੇ ਆਪਣੇ ਕੋਲੇ
20-50 ਕਿੱਲੇ ਜ਼ਮੀਨ ਆ, ਕੁਦਰਤੀ ਗੱਲ ਆ, ਆਪਾਂ ਦਿਨ ਪਰ ਦਿਨ ਤਰੱਕੀ ਕਰਦੇ ਹਾਂ। ਉਹਨਾਂ ਕੋਲ ਤਾਂ 1000-12 ਕਿੱਲੇ ਜ਼ਮੀਨ ਸੀਗੀ, ਹੈਗੀ ਆ। ਸੋ ਉਹਦੀ ਇਨਕਮ ਨਾਲ ਜੇ ਬੰਦਾ ਇਨਕਮ ਗਾਂ ਜਨਰੇਟ ਕਰਦਾ, ਉਹ ਕੋਈ ਪਾਪ ਨਹੀਂ ਗਾ। ਆਪਾਂ ਵੀ ਸਾਰੇ ਕਰਦੇ ਹਾਂ, ਆਪਾਂ ਵੀ ਇਹੀ ਕਹਿੰਦੇ ਹਾਂ ਕਿ ਸਾਡਾ ਪਰਿਵਾਰ ਵਧੇ ਫੁੱਲਦੇ ਹਾਂ। 1947 ਦੀ ਰਜਿਸਟਰਡ ਟਰਾਂਸਪੋਰਟ ਕੰਪਨੀ ਆ, ਉਸ ਟਾਈਮ 'ਤੇ ਸਾਂਝੇ ਹਰਿਆਣੇ ਪੰਜਾਬ ਦੀ ਸਾਰਿਆਂ ਨਾਲੋਂ ਵੱਡੀ ਟਰਾਂਸਪੋਰਟ ਕੰਪਨੀ ਸੀ। 1900 ਪਰਿਵਾਰ ਨੂੰ ਉਹ ਛੱਡਦਾ ਨਾ ਕੋਈ, ਉਹਦਾ ਪਰਿਵਾਰ ਦਾ ਜੀ ਜਾਂ ਭਰਾ ਛੱਡਦੇ ਮਾੜੇ ਸਮੇਂ 'ਚ, ਕਿ ਤੂੰ ਆਮ ਤੌਰ 'ਤੇ ਦੇਖਦੇ ਹਾਂ ਜਦੋਂ ਚੰਗਾ ਹੁੰਦਾ ਤਾਂ ਲਾਣੇਦਾਰ ਨੇ ਚੰਗਾ ਕਰਦਾ, ਜੇ ਮਾੜਾ ਹੁੰਦਾ ਤਾਂ ਕਈ ਭਰਾ ਇਹੋ ਜਿਹੜੇ ਮਤਲਬ ਕ੍ਰਿਤਕਣ ਲੋਕ ਨੇ ਉਹ ਛੱਡ ਦਿੰਦੇ ਆ ਭਰਾ ਨੂੰ ਆਪਦੇ ਨੂੰ। ਉਹੀ ਸਥਿਤੀ ਸਾਡੇ 'ਤੇ ਹੋਈ ਜਿੱਦਣ ਸਾਡੇ ਕੋਲ ਰਾਜਭਾਗ ਸੀ, ਉੱਦਣ ਸਰਦਾਰ ਸੁਖਬੀਰ ਸਿੰਘ ਬਾਦਲ ਚੰਗੇ ਸੀ। ਜਿੱਦਣ ਸਾਡੇ ਕੋਲ ਰਾਜਭਾਗ ਨਹੀਂ, ਉੱਦਣ ਸੁਖਬੀਰ ਸਿੰਘ ਬਾਦਲ ਮਾੜੇ ਹੋ ਗਏ। MLA ਬਣਨਾ, ਮੰਤਰੀ ਬਣਨਾ, MP ਬਣਨਾ, ਇਹ ਹੋ ਗਿਆ। ਕੋਈ ਸਾਡੇ ਸਿੱਖ ਸਿਧਾਂਤ ਨਹੀਂ ਰਹੇ, ਕੁਛ ਨਹੀਂ ਰਿਹਾ। ਯਾਰ ਅਸੀਂ ਪੰਜਾਬ ਨੂੰ ਬਚਾ ਲਈਏ ਰਲ ਕੇ ਪੰਜਾਬ ਨੂੰ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਆਪਦੇ ਅੱਖਾਂ 'ਚ ਘਸੁੰਨ ਦੇ ਰਹਾਂਗੇ। ਅੱਜ ਸਵੇਰੇ ਮੈਨੂੰ ਮੇਰਾ ਦੋਸਤ ਮੇਰੇ ਨਾਲ ਪੜ੍ਹਦਾ ਸੀ, ਉਹਦਾ ਮੈਨੂੰ ਫੋਨ ਆਇਆ, ਹਿੰਦੂ ਜੈਂਟਲਮੈਨ ਆ ਅਤੇ ਉਹ ਦੂਸਰੀ ਪਾਰਟੀ 'ਚ ਆ, ਉਦੂ ਬਿਨਾਂ ਨਹੀਂ ਕਰ ਸਕਦਾ। BJP ਨੇ ਥਰੂ ਆਊਟ ਇੰਡੀਆ ਇਲੈਕਸ਼ਨ ਲੜਨੀਆਂ ਨੇ, ਕਾਂਗਰਸ ਨੇ ਥਰੂ ਆਊਟ ਇੰਡੀਆ ਇਲੈਕਸ਼ਨ ਲੜਨੀਆਂ ਨੇ, ਆਮ ਆਦਮੀ ਪਾਰਟੀ ਨੇ ਥਰੂ ਆਊਟ ਇੰਡੀਆ ਇਲੈਕਸ਼ਨ ਲੜਨੀਆਂ ਨੇ। ਉਹ ਇਕੱਲੇ ਆਪਣੇ ਕੇਵਲ ਪੰਜਾਬ ਦੇ 13 ਸੀਟਾਂ ਕਰਕੇ ਆਪਣੇ ਨਾਲ ਸਮਝੌਤਾ ਨਹੀਂ ਕਰ ਸਕਦੇ, ਆਪਣੀ ਸੁੱਖ ਖੈਰ ਨਹੀਂ ਮੰਗ ਸਕਦੇ। ਅਕਾਲੀ ਦਲ ਨੇ ਤਾਂ ਯਾਰ ਇਲੈਕਸ਼ਨ ਹੀ ਪੰਜਾਬ 'ਚ ਲੜਨੀ ਆ। ਇਹ ਤਾਂ ਕਿਸੇ ਨਿਆਣੇ ਤੋਂ ਵੀ ਪੁੱਛ ਲਓ ਜਿਹਨੇ ਉਰੋਂ ਅੰਬਾਲਿਓਂ ਬਾਹਰ ਜਾਣਾ ਹੀ ਨਹੀਂ ਗਾ, ਅਤੇ ਉਹ ਤਾਂ ਯਾਰ ਪੰਜਾਬ ਦੀ ਸੁੱਖ ਭਾਲੂਗਾ। ਪਤਾ ਨਹੀਂ ਆਪਾਂ ਕਾਹਤੋਂ ਇਹ ਭੁੱਲਰੇ ਵਿਸਰੇ ਫਿਰਦੇ ਹਾਂ। ਸਾਰਿਆਂ ਨਾਲੋਂ ਅਖੀਰਲਾ ਫੇਸ ਸੀਗਾ, 1 ਤਰੀਕ ਨੂੰ ਇਲੈਕਸ਼ਨ ਸੀ, 4 ਤਰੀਕ ਨੂੰ ਰਿਜ਼ਲਟ ਸੀਗਾ। ਜਦੋਂ 2-3 ਵੇਵ, ਤੁਸੀਂ ਹੁਣ ਕਹਿੰਦੇ ਹੋ ਕਿ 5% ਵੋਟ ਘੱਟ ਗਈ ਅਕਾਲੀ ਦਲ ਦੀ, ਹੋਰ ਨਹੀਂ ਜੀ, ਇਹ ਮੋਦੀ ਨੂੰ ਉਹਦੇ ਅਗੇਂਸਟ ਵੋਟ ਪਈ ਆ, ਇਹ ਫੈਕਟਰ ਹੋਇਆ ਜੀ। ਸੋ ਅੰਤ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ, ਕਿਉਂਕਿ 104 ਸਾਲ ਪੁਰਾਣੀ ਸਾਡੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਆ। ਸਾਡੀ ਸੁੱਖ ਮੰਗਣ ਵਾਲੀ, ਸਾਡੇ ਪੰਜਾਬ ਦੀ ਸੁੱਖ ਮੰਗਣ ਵਾਲੀ ਪਾਰਟੀ ਆ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।